ਪੰਚਾਇਤੀ ਚੋਣਾਂ ਨੂੰ ਸਰ ਕਿਵੇਂ ਦੇਖਦੇ ਹੋ? ਪਿੰਡਾਂ ਦੇ ਵਿੱਚ ਤਿਆਰੀਆਂ ਹੋਣੀ ਸ਼ੁਰੂ ਹੋ ਗਈ ਕਦੋਂ ਸਰ? ਬਿਲਕੁਲ, ਸਾਰੇ ਐਕਟ ਜਿਹੜੇ ਨੇ ਉਹ ਸੋਧ ਲੈ ਗਏ ਨੇ। ਇੱਕ ਜਿਹੜੀ ਰਿਟ ਪਟੀਸ਼ਨ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਹੈ, ਜਦੋਂ ਵੀ ਡਿਸਾਈਡ ਹੋ ਜਾਂਦੀ ਆ ਇਮੀਡੀਏਟਲੀ ਜਿਹੜੀ ਇਲੈਕਸ਼ਨ ਦਾ ਐਲਾਨ ਕਰਾਂਗੇ। ਬਿਲਕੁਲ ਸਾਰਾ ਕੁਝ ਸਾਡੇ ਵੱਲੋਂ ਤਿਆਰ ਆ, ਸਰਕਾਰ ਵੱਲੋਂ ਤਿਆਰ ਆ। ਸਿਰਫ ਐਡਵੋਕੇਟ ਜਨਰਲ ਸਾਹਿਬਾਨ ਦੀ ਵੱਲੋਂ ਜਿਹੜਾ ਕੇਸ ਆ ਉਹ ਹਾਈ ਕੋਰਟ ਪੇਸ਼ ਕਰਨਾ, ਜਿਸ ਦਿਨ ਵੀ ਹੋ ਗਿਆ ਇਮੀਡੀਏਟਲੀ ਜਿਹੜੀ ਇਲੈਕਸ਼ਨ ਆ ਉਹ ਅਸੀਂ ਅਨਾਊਂਸ ਕਰਾਂਗੇ, ਤਾਂ ਕਿ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਇਲੈਕਸ਼ਨਾਂ ਪੈਂਡਿੰਗ ਪਈਆਂ ਸੀਗੀਆਂ ਔਰ ਸਾਰੀਆਂ ਇਲੈਕਸ਼ਨਾਂ ਅਸੀਂ ਕਰਾਵਾਂਗੇ। ਬਿਲਕੁਲ, ਪਿੱਛੇ ਜੇ ਡੀਜ਼ਲ ਤੇ ਪੈਟਰੋਲ ਦੀ ਜਿਹੜੀ ਆ ਪੈਸੇ ਵਧੇ ਸੀ, ਉਹਦੇ ਕਰਕੇ ਜਿੰਨੀਆਂ ਵੀ ਚਾਹੇ ਉਹ ਪ੍ਰਾਈਵੇਟ ਬੱਸਾਂ ਵਾਲੇ ਨੇ ਚਾਹੇ ਸਰਕਾਰੀ ਬੱਸਾਂ ਵਾਲੇ ਨੇ ਜਾਂ ਹੋਰ ਗੁਡਸ ਕੈਰੀਅਰ ਵਾਲੇ ਨੇਗੇ, ਉਹਨਾਂ ਦਾ ਸਾਰਿਆਂ ਦੀ ਡਿਮਾਂਡ ਸੀ ਕਿ ਵਧਾਏ ਜਾਣ, ਕਿਉਂਕਿ ਪਿਛਲੇ ਲਗਭਗ 5 ਸਾਲਾਂ ਤੋਂ ਕਿਸੇ ਕਿਸਮ ਦਾ ਕੋਈ ਵੀ ਕਿਰਾਇਆ ਨਹੀਂ ਵਧਿਆ ਸੀਗਾ। ਸੋ ਇਸ ਕਰਕੇ ਮਾਮੂਲੀ ਜਿਹਾ ਵਾਧਾ ਹੋਇਆਗਾ। ਸੋ ਇਹਦੇ ਨਾਲ ਜਿੱਥੇ ਕਾਰਪੋਰੇਸ਼ਨ ਦੇ ਹਾਲਾਤ ਠੀਕ ਹੋਣਗੇ, PRTC ਦੇ ਹਾਲਾਤ ਠੀਕ ਹੋਣਗੇ, ਪਨਵਸ ਦੇ ਠੀਕ ਹੋਣਗੇ, ਉੱਥੇ ਮੈਂ ਸਮਝਦਾ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਦੀ ਵੀ ਜਿਹੜੀ, ਕਿਉਂਕਿ ਨਹੀਂ ਤਾਂ ਉਹਨਾਂ ਦੇ ਟੈਕਸ ਟੁੱਟ ਰਹੇ ਸੀਗੇ, ਉਹਨਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਸੀ। ਸੋ ਇਸ ਗੱਲ ਕਰਕੇ ਸਭ ਦਾ ਖਿਆਲ ਰੱਖ ਕੇ ਪ੍ਰਬੰਧ ਕੀਤਾ ਜੀ। ਦੇਖੋ ਹਜੇ ਗੱਲ ਜਿਹੜੀ ਆ ਉਹ ਮੁੱਢਲੇ ਸਟੇਜ ਦੇ ਉੱਤੇ ਆ, ਹਜੇ ਗੱਲ ਕੋਈ ਮੈਚਿਓਰ ਨਹੀਂ ਹੋਈ ਹੈਗੀ। ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਹਰਿਆਣੇ ਦੇ 90 ਦੇ 90 ਸੀਟਾਂ ਦੇ ਉੱਤੇ ਤਾਕਤਵਰ ਆ, 90 ਦੇ 90 ਸੀਟਾਂ ਅਸੀਂ ਲੜ ਸਕਦੇ ਹਾਂਗੇ। ਜੇ ਅਲਾਇੰਸ ਹੁੰਦਾ ਸਾਡੀ ਨੈਸ਼ਨਲ ਲੀਡਰਸ਼ਿਪ ਤੈਅ ਕਰੂਗੀ, ਫਿਰ ਅਸੀਂ ਅਲਾਇੰਸ ਲੜ ਸਕਦੇ। ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ 90 ਸੀਟਾਂ ਦੇ ਉੱਤੇ ਆਪਣੇ ਮਜ਼ਬੂਤ ਉਮੀਦਵਾਰ ਖੜੇ ਕਰੂਗੀ। ਪੰਚਾਇਤੀ ਚੋਣਾਂ ਸਰ ਕਿਵੇਂ ਦੇਖਦੇ ਹੋ? ਪਿੰਡਾਂ ਦੇ ਵਿੱਚ ਤਿਆਰੀਆਂ ਹੋਣੀ ਸ਼ੁਰੂ ਹੋ ਗਈ ਕਦੋਂ ਸਰ? ਬਿਲਕੁਲ, ਸਾਰੇ ਐਕਟ ਜਿਹੜੇ ਨੇ ਉਹ ਸੋਧ ਲੈ ਗਏ ਨੇ। ਇੱਕ ਜਿਹੜੀ ਰਿਟ ਪਟੀਸ਼ਨ ਆਨਰੇਬਲ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਈ ਹੈ, ਜਦੋਂ ਵੀ ਡਿਸਾਈਡ ਹੋ ਜਾਂਦੀ ਆ ਇਮੀਡੀਏਟਲੀ ਜਿਹੜੀ ਇਲੈਕਸ਼ਨ ਦਾ ਐਲਾਨ ਕਰਾਂਗੇ। ਬਿਲਕੁਲ ਸਾਰਾ ਕੁਝ ਸਾਡੇ ਵੱਲੋਂ ਤਿਆਰ ਆ, ਸਰਕਾਰ ਵੱਲੋਂ ਤਿਆਰ ਆ। ਸਿਰਫ ਐਡਵੋਕੇਟ ਜਨਰਲ ਸਾਹਿਬਾਨ ਦੀ ਵੱਲੋਂ ਜਿਹੜਾ ਕੇਸ ਆ ਉਹ ਹਾਈ ਕੋਰਟ ਪੇਸ਼ ਕਰਨਾ, ਜਿਸ ਦਿਨ ਵੀ ਹੋ ਗਿਆ ਇਮੀਡੀਏਟਲੀ ਜਿਹੜੀ ਇਲੈਕਸ਼ਨ ਆ ਉਹ ਅਸੀਂ ਅਨਾਊਂਸ ਕਰਾਂਗੇ, ਤਾਂ ਕਿ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਇਲੈਕਸ਼ਨਾਂ ਪੈਂਡਿੰਗ ਪਈਆਂ ਸੀਗੀਆਂ ਔਰ ਸਾਰੀਆਂ ਇਲੈਕਸ਼ਨਾਂ ਅਸੀਂ ਕਰਾਵਾਂਗੇ। ਪੰਜਾਬ ਵਿੱਚ ਸਰ ਅੱਜ ਕਿਰਾਏ ਵਧੇ ਨੇ ਬੱਸਾਂ ਦੇ, ਬਿਲਕੁਲ ਪਿੱਛੇ ਜੇ ਡੀਜ਼ਲ ਤੇ ਪੈਟਰੋਲ ਦੀ ਜਿਹੜੀ ਆ ਪੈਸੇ ਵਧੇ ਸੀ, ਉਹਦੇ ਕਰਕੇ ਜਿੰਨੀਆਂ ਵੀ ਚਾਹੇ ਉਹ ਪ੍ਰਾਈਵੇਟ ਬੱਸਾਂ ਵਾਲੇ ਨੇ ਚਾਹੇ ਸਰਕਾਰੀ ਬੱਸਾਂ ਵਾਲੇ ਨੇ ਜਾਂ ਹੋਰ ਗੁਡਸ ਕੈਰੀਅਰ ਵਾਲੇ ਨੇਗੇ, ਉਹਨਾਂ ਦਾ ਸਾਰਿਆਂ ਦੀ ਡਿਮਾਂਡ ਸੀ ਕਿ ਵਧਾਏ ਜਾਣ, ਕਿਉਂਕਿ ਪਿਛਲੇ ਲਗਭਗ 5 ਸਾਲਾਂ ਤੋਂ ਕਿਸੇ ਕਿਸਮ ਦਾ ਕੋਈ ਵੀ ਕਿਰਾਇਆ ਨਹੀਂ ਵਧਿਆ ਸੀਗਾ। ਸੋ ਇਸ ਕਰਕੇ ਮਾਮੂਲੀ ਜਿਹਾ ਵਾਧਾ ਹੋਇਆਗਾ। ਸੋ ਇਹਦੇ ਨਾਲ ਜਿੱਥੇ ਕਾਰਪੋਰੇਸ਼ਨ ਦੇ ਹਾਲਾਤ ਠੀਕ ਹੋਣਗੇ, PRTC ਦੇ ਹਾਲਾਤ ਠੀਕ ਹੋਣਗੇ, ਪਨਵਸ ਦੇ ਠੀਕ ਹੋਣਗੇ, ਉੱਥੇ ਮੈਂ ਸਮਝਦਾ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਦੀ ਵੀ ਜਿਹੜੀ, ਕਿਉਂਕਿ ਨਹੀਂ ਤਾਂ ਉਹਨਾਂ ਦੇ ਟੈਕਸ ਟੁੱਟ ਰਹੇ ਸੀਗੇ, ਉਹਨਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਸੀ। ਸੋ ਇਸ ਗੱਲ ਕਰਕੇ ਸਭ ਦਾ ਖਿਆਲ ਰੱਖ ਕੇ ਪ੍ਰਬੰਧ ਕੀਤਾ ਜੀ। ਦੇਖੋ ਹਜੇ ਗੱਲ ਜਿਹੜੀ ਆ ਉਹ ਮੁੱਢਲੇ ਸਟੇਜ ਦੇ ਉੱਤੇ ਆ, ਹਜੇ ਗੱਲ ਕੋਈ ਮੈਚਿਓਰ ਨਹੀਂ ਹੋਈ ਹੈਗੀ। ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਹਰਿਆਣੇ ਦੇ 90 ਦੇ 90 ਸੀਟਾਂ ਦੇ ਉੱਤੇ ਤਾਕਤਵਰ ਆ, 90 ਦੇ 90 ਸੀਟਾਂ ਅਸੀਂ ਲੜ ਸਕਦੇ ਹਾਂਗੇ। ਜੇ ਅਲਾਇੰਸ ਹੁੰਦਾ ਸਾਡੀ ਨੈਸ਼ਨਲ ਲੀਡਰਸ਼ਿਪ ਤੈਅ ਕਰੂਗੀ, ਫਿਰ ਅਸੀਂ ਅਲਾਇੰਸ ਲੜ ਸਕਦੇ। ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਹ 90 ਸੀਟਾਂ ਦੇ ਉੱਤੇ ਆਪਣੇ ਮਜ਼ਬੂਤ ਉਮੀਦਵਾਰ ਖੜੇ ਕਰੂਗੀ।